ਕਿੰਨਾ ਕੰਮ ਰਹਿ ਗਿਆ ਸਰ? ਬਸ ਸਰ ਜੀ ਹੋ ਗਿਆ ਜੀ। ਸਰ ਜੀ ਗੱਲ ਕਰਨੀ ਸੀ। ਹਾਂ ਬੋਲ। ਅੱਜ ਮੇਰੀ ਭਤੀਜੀ ਦਾ ਜਨਮ ਦਿਨ ਹੈ ਜੀ। ਫਿਰ ਮੈਂ ਕੀ ਕਰਾਂ ਯਾਰ? ਉਹ ਮੰਮੀ ਕਹਿੰਦੇ ਸੀਗੇ ਮਾਲਕਾਂ ਨੂੰ ਕਹਿ ਦੀ ਤੁਸੀਂ ਅੱਜ ਆ ਜਾਂਦੇ ਤਾਂ ਬੜੀ ਖੁਸ਼ੀ ਹੁੰਦੀ ਸਾਨੂੰ। ਯਾਰ ਮੇਰੀ ਗੱਲ ਸੁਣ, ਜਿਹੜੇ ਆਹ ਰਿਲੇਸ਼ਨ ਨੇ ਨਾ ਮਾਲਕ ਨੌਕਰ ਵਾਲੇ, ਇਹ ਮਾਲਕ ਨੌਕਰ ਤੱਕ ਹੀ ਰਹਿਣੇ ਚਾਹੀਦੇ ਆ। ਤੂੰ ਮੇਰੇ ਕੋਲੇ ਕੰਮ ਕਰਨਾ, ਮੈਂ ਤੇਰੇ ਕੋਲੇ ਕੰਮ ਨਹੀਂ ਕਰਦਾ। ਭਾਜੀ ਮੈਂ ਮੰਨਦਾ, ਪਰ ਮੰਮੀ ਨੇ ਬੜੇ ਮਾਣ ਨਾਲ ਕਿਹਾ ਸੀ ਕਿ ਮਾਲਕਾਂ ਨੂੰ ਕਹਿ ਦੀ ਜੇ ਤੁਸੀਂ ਆਉਂਦੇ ਤਾਂ ਸਾਨੂੰ ਬੜੀ ਖੁਸ਼ੀ ਹੋਣੀ ਸੀ। ਯਾਰ ਖੁਸ਼ੀ ਦੇਣ ਨੂੰ ਮੈਂ ਜੋਕਰ ਵੀ ਤੁਹਾਡੇ ਘਰੇ ਆ ਕੇ ਮੈਂ ਹਾ ਹਾ ਹੀ ਹੂ ਕਰਾਂ? ਤੇਰੇ ਵਰਗੇ ਮੇਰੇ ਕੋਲੇ 16 ਬੰਦੇ ਹੋਰ ਕੰਮ ਕਰਦੇ ਆ, ਸਾਰਿਆਂ ਦੇ ਘਰੇ ਜਾ ਕੇ ਮੈਂ ਖੁਸ਼ੀਆਂ ਵੰਡਦਾ ਫਿਰਾਂ? ਥੋੜੀ ਬਹੁਤ ਅਕਲ ਕਰ, ਸਮਝ ਕਰ ਥੋੜੀ ਜੀ, ਕਿਹਨੂੰ ਕਹਿ ਰਿਹਾ ਕੀ ਕਹਿ ਰਿਹਾ? ਠੀਕ ਹੈ ਭਾਜੀ, ਮੈਂ ਮੰਮੀ ਨੂੰ ਸਮਝਾ ਦੂੰਗਾ ਕਿ ਬਾਬੂ ਜੀ ਨੂੰ ਮਾੜਾ ਕੰਮ ਪੈ ਗਿਆ ਸੀ। ਪਹਿਲਾਂ ਇੱਕ ਗੱਲ ਸੁਣ ਮੇਰੀ। ਹਾਂਜੀ। ਭਤੀਜੇ ਦਾ ਜਨਮ ਦਿਨ ਆ ਤੇਰੀ ਦਾ? ਆਪ ਦੀ ਜਿੰਦਗੀ ਨਹੀਂ ਵੀਰੇ, ਮੈਂ ਇਹਨਾਂ ਕਰਕੇ ਨਹੀਂ ਸੀ ਤੁਹਾਨੂੰ ਬੁਲਾਇਆ। ਉਹ ਰੱਖ ਲਾ ਯਾਰ, ਜਵਾਕ ਨੂੰ ਦਿੱਤੇ ਆ, ਭਤੀਜੀ ਨੂੰ ਦਿੱਤੇ ਆ ਤੇਰੀ ਨੂੰ। ਕੋਈ ਨਿਊਡਲ ਨਿਊਡਲ ਬਰਗਰ ਬੁਰਗਰ ਲੈ ਜੀ, ਗੰਦ ਮੰਦ ਖਵਾਉਂਦੇ ਰਹਿੰਦੇ, ਉਹੀ ਚੌਲ ਉਹੀ ਭਾਤ, ਨਵੀਂ ਚੀਜ਼ ਲੈ ਕੇ ਜਾਈ ਕੋਈ ਖੁਸ਼ ਹੋ ਜੂਗਾ ਜਵਾਕ? ਵੀਰੇ ਗੁੱਸਾ ਨਾ ਕਰਿਓ, ਜੇ ਤੁਹਾਨੂੰ ਬਾਹਰਲੀ ਚੀਜ਼ਾਂ ਵਧੀਆ ਲੱਗਦੇ ਨੇ ਨਾ ਤਾਂ ਸਾਨੂੰ ਮਾਂ ਦੇ ਹੱਥ ਦੀ ਬਣੀ ਰੋਟੀ ਬਹੁਤ ਸਹੀ ਹੈ। ਠੀਕ ਹੈ ਵੀਰੇ, ਮਰਜ਼ੀ ਆ ਤੇਰੀ। ਹੈਲੋ ਹੈਲੋ ਦੇਵ ਵੀਰੇ, ਵੀਰੇ ਆਪਣੇ ਸੋਨੂ ਦੇ ਨਾ ਸੱਟਾਂ ਬਹੁਤ ਲੱਗੀਆਂ ਨੇ। ਕੀ ਹੋਇਆ ਸੋਨੂ ਨੂੰ? ਵੀਰੇ ਏ ਬੀ ਪੋਜ਼ਿਟਿਵ ਬਲੱਡ ਚਾਹੀਦਾ ਵਾ, ਐਮਰਜੈਂਸੀ ਆ, ਤੇ 4 ਬੋਤਲਾਂ ਚਾਹੀਦੀਆਂ ਵੀਰੇ, ਤੂੰ ਪਲੀਜ਼ ਆ ਜਾ। ਚਲ ਮੈਂ ਆਉਣਾ ਯਾਰ। ਓਕੇ। ਅਜੀ ਕੀ ਗੱਲ ਹੋਈ ਯਾਰ? ਤੂੰ ਮੇਰੀਆਂ ਗੱਲਾਂ ਸੁਣੀਆਂ ਨਾ, ਤੂੰ ਆਪਣਾ ਕੰਮ ਕਰ ਯਾਰ। ਤੈਂ ਕੀ ਲੈਣਾ ਮੇਰੇ ਨਾਲ, ਮਰਜ਼ੀ ਗੱਲ ਕਰਾਂ। ਕਿਵੇਂ ਹੁਣ ਸੋਨੂੰ? ਠੀਕ ਆ ਵੀਰੇ, ਤੂੰ ਅਰੇਂਜ ਕਰਵਾਤਾ, ਧੰਨਵਾਦ ਤੇਰਾ। ਮੈਂ ਅਰੇਂਜ ਕਰਾਤਾ? ਮੈਂ ਕਦੋਂ ਕਰਾਇਆ? ਵੀਰੇ ਤੂੰ ਮੁੰਡਾ ਭੇਜਿਆ ਤਾਂ ਹੈਗਾ ਹੁਣੀ। ਮੈਂ ਭੇਜਿਆ? ਵੀਰੇ ਤੂੰ ਅਰੇਂਜ ਕਰਵਾਤਾ, ਧੰਨਵਾਦ ਤੇਰਾ। ਵੀਰੇ ਤੂੰ ਮੁੰਡਾ ਭੇਜਿਆ ਤਾਂ ਹੈਗਾ ਹੁਣੀ। ਜਿਹੜੇ ਆਹ ਰਿਲੇਸ਼ਨ ਨੇ ਨਾ ਮਾਲਕ ਨੌਕਰ ਵਾਲੇ, ਇਹ ਮਾਲਕ ਨੌਕਰ ਤੱਕ ਨਹੀਂ ਰਹਿਣੇ ਚਾਹੀਦੇ। ਤੂੰ ਮੇਰੇ ਕੋਲੇ ਕੰਮ ਕਰ, ਮੈਂ ਤੇਰੇ ਕੋਲੇ ਕੰਮ ਨਹੀਂ ਕਰਦਾ। ਵੀਰੇ ਸੌਰੀ ਯਾਰ। ਭਾਜੀ ਮਾਫੀ ਕਾਹਦੀ? ਵੀਰੇ ਕਿਉਂ ਸ਼ਰਮਿੰਦਾ ਕਰਦਾ, ਤੈਨੂੰ ਪਤਾ ਤਾਂ ਹੈ ਯਾਰ ਮੈਂ ਕਿੰਨਾ ਮਾੜਾ ਚੰਗਾ ਬੋਲਿਆ। ਵੀਰੇ ਤੁਹਾਨੂੰ ਅਹਿਸਾਸ ਤਾਂ ਹੋਇਆ, ਇਹੀ ਬਹੁਤ ਆ, ਪਰ ਮੈਂ ਸ਼ੁਕਰ ਕਰਦਾ ਕਿ ਖੂਨ ਦੇ ਵਿੱਚ ਕਦੇ ਮੇਰੀ ਗਰੀਬੀ ਤਾਂ ਨਹੀਂ ਆਉਂਦੀ, ਨਹੀਂ ਤਾਂ ਸ਼ਾਇਦ ਤੁਸੀਂ ਅੱਜ ਉਹ ਵੀ ਮਨਾ ਕਰ ਦੇਣਾ ਸੀ।